ਕਮਰੇ ਦੀ ਛੱਤ ਡਿੱਗਣ ਦੇ ਨਾਲ ਇੱਕ 8 ਸਾਲਾ ਬੱਚੀ ਦੀ ਦਰਦਨਾਕ ਮੌਤ ਹੋ ਗਈ ਹੈ, ਜਦਕਿ 22 ਸਾਲ ਦਾ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋਇਆ। ਜਾਣਕਾਰੀ ਅਨੁਸਾਰ ਜਦੋਂ ਇਹ ਨੌਜਵਾਨ ਆਪਣੇ ਕਮਰੇ ਦੇ ਵਿੱਚ ਆਰਾਮ ਕਰ ਰਿਹਾ ਸੀ ਤਾਂ ਅਚਾਨਕ ਹੀ ਕਮਰੇ ਦੀ ਛੱਤ ਡਿੱਗ ਜਾਂਦੀ ਹੈ, ਜਿਸ ਦੇ ਵਿੱਚ ਇਹ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੁੰਦਾ ਅਤੇ ਇਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ। ਉੱਥੇ ਜਦੋਂ ਮਲਬਾ ਹਟਾਉਣ ਲੱਗਦੇ ਨੇ ਤਾਂ ਉਸ ਦੇ ਵਿੱਚੋਂ 8 ਸਾਲਾ ਬੱਚੀ ਦੀ ਲਾਸ਼ ਮਿਲਣ ਦੇ ਨਾਲ ਹੜਕੰਪ ਮੱਚ ਜਾਂਦਾ। ਹਾਲਾਂਕਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਲਗਾਤਾਰ ਆਪਣੀ ਬੱਚੀ ਦੀ ਭਾਲ ਕਰ ਰਹੇ ਸੀ ਪਰ ਉਸਦਾ ਕੁਝ ਵੀ ਪਤਾ ਨਹੀਂ ਚੱਲ ਰਿਹਾ ਸੀ ਅਤੇ ਰਾਤ ਨੂੰ 11 ਵਜੇ ਜਦੋਂ ਮਲਬਾ ਹਟਾ ਕੇ ਦੇਖਿਆ ਤਾਂ ਉਸ ਬੱਚੀ ਦੀ ਲਾਸ਼ ਮਿਲਦੀ ਹੈ ਅਤੇ ਪਰਿਵਾਰਕ ਮੈਂਬਰਾਂ ਦਾ ਹੁਣ ਰੋ ਰੋ ਕੇ ਬੁਰਾ ਹਾਲ ਹੈ। ਉੱਥੇ ਹੀ ਉਸ ਨੌਜਵਾਨ ਦਾ ਕਹਿਣਾ ਕਿ ਉਸਨੂੰ ਇਸ ਬਾਰੇ ਕੁਝ ਨਹੀਂ ਪਤਾ ਕਿ ਆਖਰ ਉਹ ਬੱਚੀ ਉੱਥੇ ਕਿਵੇਂ ਪਹੁੰਚੀ ਅਤੇ ਮਲਬੇ ਦੇ ਹੇਠਾਂ ਕਿਵੇਂ ਦੱਬ ਗਈ, ਕਿਉਂਕਿ ਉਹ ਨੌਜਵਾਨ ਖੁਦ ਹੀ ਇਸ ਸਭ ਦੇ ਵਿੱਚ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਸੀ। ਤਾਂ ਲੰਬੀ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਭਾਰੀ ਬਰਸਾਤ ਦੇ ਕਾਰਨ ਇੱਕ ਕਮਰੇ ਦੀ ਛੱਤ ਡਿੱਗੀ ਅਤੇ ਛੱਤ ਡਿੱਗਣ ਦੇ ਨਾਲ 8 ਸਾਲਾ ਬੱਚੀ ਦੀ ਮੌਤ ਹੋ ਗਈ, ਜਦਕਿ ਇੱਕ 22 ਸਾਲ ਦਾ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋਇਆ। ਹਾਲਾਂਕਿ ਪਰਿਵਾਰ ਦੇ ਵੱਲੋਂ ਲਗਾਤਾਰ ਬੱਚੀ ਦੀ ਭਾਲ ਜੋ ਹੈ ਘਰ ਤੋਂ ਬਾਹਰ ਕੀਤੀ ਜਾ ਰਹੀ ਸੀ ਪਰ ਜਦੋਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਮਲਬੇ ਨੂੰ ਹਟਾਇਆ ਗਿਆ ਤਾਂ ਉਸ ਦੇ ਵਿੱਚੋਂ 8 ਸਾਲਾ ਬੱਚੀ ਦੀ ਲਾਸ਼ ਮਿਲੀ ਹੈ ਤਾਂ ਖਬਰ ਲੰਬੀ ਤੋਂ ਸਾਹਮਣੇ ਆਈ ਹੈ। ਇੱਕ 8 ਸਾਲ ਦੀ ਬੱਚੀ ਦੀ ਮੌਤ ਹੋ ਗਈ। ਇਹ ਗਰੀਬ ਪਰਿਵਾਰ ਦਾ ਮਕਾਨ ਸੀਗਾ, ਛੱਤ ਡਿੱਗਣ ਕਰਕੇ ਪਹਿਲਾਂ ਕੁਲਦੀਪ ਸਿੰਘ ਦਾ ਬੇਟਾ ਥੱਲੇ ਨੀਚੇ ਆ ਗਿਆ ਸ਼ਾਮ ਜੇ ਨੂੰ, ਜਦੋਂ ਅਸੀਂ ਉਹਨੂੰ ਹਸਪਤਾਲ ਲੈ ਕੇ ਗਏ ਅਤੇ ਮਗਰੋਂ ਕੁੜੀ ਦਾ ਤਾਂ ਸਰਾਸ ਸਾਨੂੰ 11 ਵਜੇ ਪਤਾ ਲੱਗਿਆ ਜਦੋਂ ਭਾਲਦੇ ਰਹੇ ਵੀ ਕੁੜੀ ਵੀ ਥੱਲੇ ਆ ਗਈ। 8 ਸਾਲ ਦੀ ਕੁੜੀ ਦੀ ਮੌਤ ਹੋ ਗਈ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਗਰੀਬ ਪਰਿਵਾਰ ਹੈ, ਬਹੁਤ ਜ਼ਿਆਦਾ ਨੁਕਸਾਨ ਹੋ ਗਿਆ, ਇਹਨਾਂ ਦੀ ਮਾਲੀ ਸਹਾਇਤਾ ਦਿੱਤੀ ਜਾਵੇ ਇਹਨਾਂ ਨੂੰ। ਛੱਤ ਡਿੱਗਣ ਦਾ ਕਾਰਨ ਇਹ ਰਿਹਾ ਜੀ, ਕੁਛ ਦਿਨ ਪਹਿਲਾਂ ਭਾਰੀ ਮੀਂਹ ਪਿਆ ਜੀ, ਮੀਂਹ ਕਾਰਨ ਜਦੋਂ ਇੱਕਦਮ ਅਗਲੇ ਦਿਨ ਧੁੱਪ ਨਿਕਲੀ ਉਹਦੇ ਕਾਰਨ ਛੱਤ ਪਾਟ ਗਈ ਅਤੇ ਨਾਲ ਦੀ ਨਾਲ ਉੱਥੇ ਲਿਟ ਗਈ। ਸੁਖਮਨ ਕੀ ਨਾ, ਗਗਨਦੀਪ ਮੁੰਡੇ ਦਾ ਨਾਂ ਹੈ ਜੀ ਅਤੇ ਕੁਲਦੀਪ ਦਾ ਇਹਨਾਂ ਦਾ ਬੇਟਾ ਹੈਗਾ ਅਤੇ ਉਹਦੇ ਜ਼ਿਆਦਾਤਰ ਅੱਡੀ ਅਤੇ ਅੱਡੀ ਪਾਟ ਗਈ, ਉਹਨੂੰ ਮਸਾਂ ਕੱਢਿਆ, ਐਂ ਲੱਗਦਾ ਸੀ ਵੀ ਇਹ ਤਾਂ ਬਚਣੇ ਨਹੀਂ ਗਾ, ਬਹੁਤ ਉਹ ਤਾਂ ਬੋਲਿਆ ਵੀ ਨਹੀਂ ਗਿਆ ਵੀ ਉਹਨੂੰ ਐਂ ਨਹੀਂ ਪਤਾ ਲੱਗਿਆ ਵੀ ਨਾਲ ਕੁੜੀ ਵੀ ਪਈ ਸੀ ਇੱਕ। ਕੁੜੀ ਦਾ ਸਾਨੂੰ ਪਤਾ ਲੱਗਿਆ ਜੀ 5-6 ਘੰਟਿਆਂ ਬਾਅਦ, ਜਦੋਂ ਪਰਿਵਾਰ ਭਾਲਦਾ ਰਿਹਾ ਵੀ ਕੁੜੀ ਕਿੱਥੇ ਹੈ, ਰਾਤੀ ਜਦੋਂ ਲੱਗੇ ਰਹੇ ਸਾਰਾ ਮਲਬਾ ਚੱਕਿਆ ਬਾਹਰ ਕੱਢਿਆ, ਉਦੋਂ ਬਾਅਦ ਪਤਾ ਲੱਗਿਆ ਵੀ ਕੁੜੀ ਦੀ ਵਿੱਚ ਮੌਤ ਹੋ ਗਈ। ਨੁਕਸਾਨ ਦਾ ਘੱਟੋ ਘੱਟ 2-2.5 ਲੱਖ ਦਾ ਨੁਕਸਾਨ, ਇਹਨਾਂ ਦੀ ਕੁੜੀ ਦਾ ਦਹੇਜ ਸੀਗਾ ਸਾਰਾ ਜੀ, ਬੈੱਡ ਸਾਰਾ ਖਤਮ ਹੋ ਗਿਆ ਜੀ। ਕੱਲ ਸ਼ਾਮ ਨੂੰ ਸੁੱਤੇ ਪਏ ਸੀਗੇ ਜੀ ਅਤੇ ਉੱਪਰ ਛੱਤ ਡਿੱਗ ਗਈ ਜੀ, ਮੈਨੂੰ ਤਾਂ ਪਤਾ ਨਹੀਂ ਲੱਗਿਆ ਜੀ ਕੀ ਹੋਇਆ ਜੀ, ਅਤੇ ਇੱਕ ਬੱਚਾ ਵੀ ਸੀਗਾ ਨਾਲ ਜੀ, ਉਹ ਵੀ ਥੱਲੇ ਸੀ। ਹਾਂਜੀ ਹਾਂਜੀ, ਉਹ ਬਾਅਦ 'ਚ ਪਤਾ ਲੱਗਿਆ ਜੀ। ਮੇਰੇ ਜੀ ਪੈਰ 'ਤੇ ਆਦੀ ਇੱਕ ਹੱਟੂ ਜੀ, ਹੋਰ ਬਸ ਕਿਤੇ। ਹਾਂਜੀ ਹਾਂਜੀ, ਗਾਡਰ ਡਿੱਗ ਪਿਆ ਸੀ ਉੱਥੇ ਅਤੇ ਲੱਤ ਨੱਪੇ ਗਏ ਸਾਰੇ ਵਿੱਚ, ਪਤਾ ਪੁੱਤ ਨਹੀਂ ਲੱਗਿਆ ਨਹੀਂ ਪਤਾ ਨਹੀਂ। ਇਹ ਬਹੁਤ ਗਰੀਬ ਪਰਿਵਾਰ ਆ ਜੀ, ਇਹ ਪਹਿਲਾਂ ਤੋਂ ਇਹਨਾਂ ਦੇ ਘਰੇ ਬਿਮਾਰੀਆਂ ਚੱਲੀਆਂ, ਇਹਨਾਂ ਦੇ ਘਰਾਂ ਵਾਲੀ ਆ ਕੁਲਦੀਪ ਦੀ ਉਹ ਬਿਮਾਰ ਰਹਿੰਦੀ ਆ, ਬਾਕੀ ਗੁੜੀਆ ਉਹ ਵੀ ਮਾੜਾ ਮੋਟਾ ਕੋਈ ਬਿਮਾਰ ਉਹਦੇ ਵੀ ਪੈਸੇ ਲੱਗੀ ਜਾਂਦੇ ਆ, ਕੋਈ ਘਰ ਪਾਉਣ ਵਾਸਤੇ ਕੋਈ ਇੰਨਾ ਕੋਈ ਪੈਸਾ ਜ਼ਿਆਦਾ ਹੈ ਨਹੀਂ ਨਾ, ਕੋਈ ਆਮਦਨ ਦਾ ਸਾਧਨ ਹੈ ਨਹੀਂ ਕੋਈ ਜੀ, ਬੱਚੇ ਛੋਟੇ ਆ, ਹੁਣ ਇਹ ਹਟਾਰ ਮਾੜਾ ਜਿਹਾ ਹੋਇਆ ਬੱਚਾ ਹੁਣ ਜਿਹੜਾ ਗਗਣਾ, ਹੁਣ ਉਹ ਬੈਠਾ ਸੀਗਾ ਇੱਥੇ ਦੀ ਇਹ ਕਮਰੇ ਵਿੱਚ, ਉਦੋਂ ਜਵਾਕ ਇਹਨੂੰ ਵੇਖ ਕੇ ਅਤੇ ਇੱਥੇ ਕੋਲ ਆ ਗਏ ਅਤੇ ਖੇਡੇ ਜਾਂਦੇ ਸੀਗੇ ਅਤੇ ਅਚਾਨਕ ਹੀ ਛੱਤ ਉੱਤੋਂ ਡਿੱਗੀ ਅਤੇ ਉਹ ਬੱਚਿਆਂ ਦਾ ਤਾਂ ਪਤਾ ਨਹੀਂ ਲੱਗਿਆ। ਪਹਿਲਾਂ ਇਹਨੂੰ ਪੁੱਛਦੇ ਰਹੇ ਵੀ ਕੀ ਸੱਟ ਸੁੱਟ ਲੱਗੀ ਆ, ਪਹਿਲਾਂ ਨੇ ਦੱਸਿਆ ਵੀ ਇੱਥੇ ਵੱਜੀ ਮੇਰੇ, ਉਦੋਂ ਬਾਅਦ ਨਾਲ ਦੀ ਨਾਲ ਬੇਹੋਸ਼ ਹੋ ਗਿਆ ਹੈ ਜੀ, ਉਹ ਤੋਂ ਪਤਾ ਲੱਗਣਾ ਸੀ ਬੱਚੇ ਕਿਹੜੇ ਹੈਗੇ ਇੱਥੇ ਵੀ,
ਤੇ ਬਾਅਦ 'ਚ ਜਦੋਂ ਪਾਸੇ ਆਂਢੀਆਂ ਗੁਆਂਢੀਆਂ ਕੋਲ ਆਏ ਆਪਦੇ ਬੱਚਿਆਂ ਦੀ ਪੜਤਾਲ ਕਰੀ ਵੀ ਮੇਰਾ ਬੱਚਾ ਸਾਰੇ ਆਪ ਵੇਖਣ ਲੱਗ ਗਏ। ਇਹ ਗੁੜੀਆ ਸੀਗੀ, ਇਹਨੂੰ ਵੇਖਿਆ ਸਾਰੇ ਘਰਾਂ 'ਚ, ਨਾ ਪਤਾ ਲੱਗਿਆ। ਫਿਰ ਜਦੋਂ ਇੱਥੇ ਵੇਖਿਆ ਦੁਬਾਰੇ ਚੱਕੀ ਜਾਂਦੇ ਸੀਗੇ ਮਲਵਾ, ਉਹਦੇ ਵਿੱਚੋਂ ਪਤਾ ਲੱਗਿਆ ਆਪਾਂ ਨੂੰ 4-5 ਘੰਟਿਆਂ ਬਾਅਦ ਜੀ ਉਹਦੇ ਵਿੱਚੋਂ ਨਿਕਲੀ, ਅਤੇ ਉਹਦੀ ਉਦੋਂ ਮੌਕੇ 'ਤੇ ਮੌਤ ਹੀ ਉਦੋਂ ਹੋ ਗਈ ਸੀ।